ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਵਿਖੇ ਅੱਜ ਸਵੇਰੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਕੁਝ ਵਿਅਕਤੀਆਂ ਨੇ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਸੁਖਵਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਦਾ ਪੁੱਤਰ ਬੱਸ ਸਟੈਂਡ 'ਤੇ ਇੱਕ ਦੁਕਾਨ 'ਤੇ ਵਾਲ ਕਟਵਾਉਣ ਲਈ ਗਿਆ ਸੀ, ਪਰ ਪਹਿਲਾਂ ਤੋਂ ਹੀ ਪਲੈਨਿੰਗ ਬਣਾ ਕੇ ਬੈਠੇ ਕੁਝ ਵਿਅਕਤੀਆਂ ਨੇ ਉਸ ਥਾਂ 'ਤੇ ਆ ਕੇ ਸ਼ਰਿਆਮ ਉਸਦੇ ਗੋਲੀਆਂ ਮਾਰ ਦਿੱਤੀਆਂ। ਉਧਰ SHO ਦਲਜੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹਦੇ ਵਿੱਚ ਸੁਬਹਾ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਪਿੰਡ ਕੋਟਲੀ ਕਲਾਂ ਵਿਖੇ ਇੱਕ ਨੌਜਵਾਨ ਸੁਖਵਿੰਦਰ ਸਿੰਘ ਕਿੰਦਾ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਪੁਲਿਸ ਪਾਰਟੀ ਨੇ ਮੌਕਾ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਉਹਦੇ ਪਿਤਾ ਕਰਮਜੀਤ ਸਿੰਘ ਦੇ ਬਿਆਨ 'ਤੇ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ। ਦੋਸ਼ੀਆਂ ਦੀ ਭਾਲ ਜਾਰੀ ਹੈ ਹਜੇ, ਜਦੋਂ ਵੀ ਦੋਸ਼ੀ ਗ੍ਰਿਫਤਾਰ ਹੋ ਜਾਂਦੇ ਤੁਹਾਨੂੰ ਅਪਡੇਟ ਕਰ ਦਿੱਤਾ ਜਾਏਗਾ। ਦੇਖੋ ਜੀ, ਹੁਣ ਵਾਲ ਕਟਾਉਣ ਗਿਆ ਸੀਗਾ, ਇਹਦੇ ਕਾਰਨ ਹੀ ਕੋਈ ਬਸ ਉਹ ਮੱਤ ਕੇ ਬੈਠੇ ਸੀਗੇ, ਕਿਤੇ ਆ ਗਏ ਅਤੇ ਉਹਨਾਂ ਦਾ ਬਸ ਇਦੂ ਬਾਅਦ ਆਪਾਂ ਕਹਿ ਨਹੀਂ ਸਕਦੇ ਵੀ ਕੀ ਹੋਇਆ ਕੀ ਨਹੀਂ। ਉਹ ਕਾਹਤੇ ਆਏ ਸੀ? ਉਹ ਮੋਟਰਸਾਈਕਲ ਰੇਹੜੀ 'ਤੇ, ਮੂਹਰੇ ਮੋਟਰਸਾਈਕਲ 'ਤੇ ਮੰਗ ਰੇਹੜੀ ਸੀ, ਵਿੱਚ ਬਹਾਨਾ ਤਾਂ ਉਹਨਾਂ ਨੇ ਸਾਰੇ ਟੱਬਰ ਨੇ ਘੜਿਆ ਸੀਗਾ ਵੀ ਤੁਸੀਂ ਚੱਲੋ। ਉਹ ਜਦੋਂ ਕੰਮ ਹੋ ਗਿਆ ਉਹ ਦੂਜੇ ਬਾਕੀ ਦੇ ਬਾਅਦ ਮੁੜ ਗਏ ਇਹ ਕੰਦਾ। ਕੀ ਨਾਮ ਸੀ ਮੁੰਡੇ ਦਾ ਅਤੇ ਕਿੰਨੀ ਉਮਰ ਸੀ ਜੀ, ਪਰਿਵਾਰ 'ਚ ਕੌਣ ਕੌਣ ਹੈ? 26 ਸਾਲ ਦੇ ਸੀ ਮੁੰਡੇ ਦੀ ਉਮਰ, ਤਾਂ ਸੁਖਵਿੰਦਰ ਸਿੰਘ ਕਿੰਦਾ ਹੀ ਕਹਿ ਦਿੰਦੇ ਸੀ ਜੀ। ਅੱਛਾ, ਕੌਣ ਕੌਣ ਹੈ ਪਰਿਵਾਰ ਦੇ ਵਿੱਚ? ਬਸ ਦੋਨੇ ਜੀ ਅਸੀਂ ਰਹਿ ਗਏ, ਗੁੱਡੀਆ ਪਿਆ ਜੀ। ਅੱਛਾ ਜੀ, ਅਤੇ ਮੰਗ ਕੀ ਕਰਦੇ ਹੋ? ਮੰਗ ਤਾਂ ਸਾਨੂੰ ਇਨਸਾਫ ਤਾਂ ਮਿਲਣਾ ਹੀ ਚਾਹੀਦਾ ਨਾ ਜੀ। ਇਹਦਾ ਕਾਰਨ ਕੀ ਸੀ ਜੀ? ਕਾਰਨ ਤਾਂ ਇਹ ਕਈ ਸਾਲਾਂ ਦੀ ਇਹ ਬਸ ਡੈੱਕ ਪਿੱਛੇ ਰੰਜਿਸ਼ ਸੀਗੀ ਵੀ ਚੱਲੀ ਜਾਂਦੀ ਸੀਗੀ ਡੈੱਕ ਪਿੱਛੇ, ਹਰੇਕ ਨੂੰ ਉੱਠ ਸਕਦੇ ਸੀ, ਉੱਠ ਕੇ ਅਗਲੇ ਤੋਂ ਦਾਵਾ ਕਰਦੇ, ਦਾਵਾ ਕਰਕੇ ਰਾਜੀ ਬੰਦਾ ਕਰਾ ਦਿੰਦੇ। ਇਹ ਇਕੱਲਾ ਰਹਿ ਗਿਆ, ਹੋਰ ਸਾਰੇ ਇਹਦੇ ਨਾਲ ਦੇ ਸਾਥੀ ਜਵਾਬ ਦੇ ਗਏ, ਸਭ ਭੱਜ ਗਏ। ਜਿਹੜੇ ਬੰਦੇ ਨੇ ਛੇੜਿਆ ਸੀ ਉਹ ਬੰਦਾ ਪੈਸੇ ਦੇ ਕੇ ਇਹਨਾਂ ਨਾਲ ਰਾਜੀ ਬੰਦਾ ਕਰ ਗਿਆ। ਹਾਂਜੀ, ਇਹ ਮੇਰਾ ਭਾਣ ਹੈਗਾ ਕੋਟਲੀ ਕਲਾਂ ਤੋਂ। ਇਹ ਸੁਬਹਾ 8 ਵਜੇ ਤਕਰੀਬਨ ਘਰੋਂ ਉੱਠ ਕੇ ਇੱਧਰ ਨੂੰ ਚੱਲਿਆ ਆ, ਪਤਾ ਨਹੀਂ ਕਿਸੇ ਨੇ ਫੋਨ 'ਤੇ ਬੁਲਾਇਆ, ਪਤਾ ਨਹੀਂ ਆਪ ਆ ਗਿਆ, ਸਾਨੂੰ ਤਾਂ ਮੈਸੇਜ ਮਿਲਿਆ। ਇਹ ਰੰਜਿਸ਼ ਕਾਫੀ ਟਾਈਮ ਤੋਂ ਚੱਲ ਰਹੀ ਸੀ, ਇਹਨੂੰ ਪਹਿਲਾਂ ਵੀ ਪਿੰਡ ਦੇ ਮੋਤਬਰ ਬੰਦਿਆਂ ਨੂੰ ਵੀ ਪਤਾ ਹੈਗਾ, ਇਹਨੂੰ ਇੱਥੇ ਗਲੀਆਂ 'ਚ ਵੀ ਘੇਰਿਆ ਗਿਆ, ਕਿਸੇ ਦੇ ਘਰ ਵੀ ਘੇਰਿਆ ਗਿਆ। ਇਹ 20-25 ਬੰਦੇ ਹੁੰਦੇ ਸੀ, ਇਹਨੂੰ ਘੇਰ ਘਰਾਈ ਕਰਦੇ ਰਹੇ ਨੇ ਅਤੇ ਹੁਣ ਇਹਦੇ ਅੰਨੇ ਤਾਂ ਗੋਲੀਆਂ ਲਾਈਆਂ ਆ ਕੇ, ਇੱਧਰੋਂ 2 ਜਣੇ ਆ ਰਹੇ ਨੇ, ਬਾਕੀ ਇਹਨਾਂ ਦੇ ਪਿੱਛੇ ਵੀ ਨੇ ਬੰਦੇ। ਇਹਦੇ ਵਿੱਚ ਸਾਨੂੰ SSP ਸਾਹਿਬ, DSP ਸਾਹਿਬ, ਸਾਰੇ ਪ੍ਰਸ਼ਾਸਨ ਨੇ ਸਾਨੂੰ ਵਧੀਆ ਵਿਸ਼ਵਾਸ ਦਵਾਇਆ, ਇਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਿਹੜੀ ਕੋਈ ਬਾਸੀ ਕਾਰਵਾਈ ਹੈ, ਜਿੰਨਿਆਂ ਦਾ ਕੋਈ ਜਿੱਥੇ ਹੋਆ ਉਹਨਾਂ ਦੇ ਸਾਰੀ ਬਰੀਕੀ ਨਾਲ ਜਾਂਚ ਕਰਾਂਗੇ ਅਸੀਂ। ਕੀ ਨਾਮ ਸੀ ਮੁੰਡੇ ਦਾ, ਕਿੰਨੀ ਉਮਰ ਸੀ? ਸੁਖਵਿੰਦਰ ਸਿੰਘ ਕਿੰਦਾ, ਤਕਰੀਬਨ 26 ਸਾਲ ਦਾ ਇਕਲੌਤਾ ਭਰਾ ਸੀ। ਅਤੇ ਮੰਗ ਕੀ ਕਰਦੇ ਹੋ? ਮੰਗ ਵੀ ਪ੍ਰਸ਼ਾਸਨ ਤੋਂ ਇਹੀ ਕਰਦੇ ਹਾਂ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਬਰੀਕੀ ਨਾਲ ਇਹਦੀ ਜਾਂਚ ਕੀਤੀ ਜਾਵੇ, ਕੋਈ ਗਲਤ ਬੰਦਾ ਨਾ ਇਹਦੇ ਵਿੱਚ ਆਵੇ। ਇਹਨੂੰ ਬਰੀਕੀ ਨਾਲ ਜਿਹੜੇ ਜਿਹੜਿਆਂ ਨੇ ਸਾਰੀ ਯੋਜਨਾ ਬਣਾਈ ਆ ਉਹ ਪਰਿਵਾਰ ਨਹੀਂ ਵਿੱਚੋਂ ਬਚਣਾ ਚਾਹੀਦਾ। ਇਹ ਮੈਨੂੰ ਉਹਨਾਂ ਨੇ ਹਫ਼ਤਾ ਪਹਿਲਾਂ ਵੀ ਦੱਸਿਆ, ਮਾਮਾ ਮੈਨੂੰ ਇੱਥੇ ਕਿਤੇ ਪਾਸੇ ਲੰਘਣ ਨਹੀਂ ਦਿੰਦੇ ਕਿ ਰਹੇ ਨੇ। ਕੀ ਕਾਰਨ ਸੀ? ਇਹ ਕਾਰਨ ਜੇ ਤੁਹਾਨੂੰ ਸਾਰਾ ਬਰੀਕੀ ਦੱਸੀਏ, ਇਹ ਪਰਿਵਾਰ ਰਾਜਧਾਨੀ ਪਰਿਵਾਰ ਵੱਜਦਾ ਹੈਗਾ, ਉਸ ਬੰਦੇ ਇੱਥੋਂ ਰਲੇ ਹੋਏ ਨੇ ਪਿੰਡ 'ਚੋਂ, ਇਹਨਾਂ ਨਾਲ ਇਹਨਾਂ ਨੇ ਕੋਈ ਇੱਜ਼ਤ ਦੇ ਪੱਖੀ ਗਲਤ ਕੰਮ ਕਰਿਆ ਸੀ ਅੱਜ ਤੋਂ 5 ਸਾਲ ਪਹਿਲਾਂ। ਇਹ ਭਾਣਜੇ ਨੇ ਮੇਰੇ ਨੇ ਆਵਾਜ਼ ਉਠਾਤੀ, ਪਿੰਡ ਨੇ ਸਾਰੇ ਪਿੰਡ ਨੇ ਬਾਈਕਾਟ ਕਰਿਆ ਇਹ ਬੰਦਿਆਂ ਨਾਲ,
ਰਾਜਸਥਾਨੀਆਂ ਦਾ ਸਾਰੇ ਪਿੰਡ ਨੇ ਲਿਖਤੀ ਰੂਪ 'ਚ ਬਾਈਕਾਟ ਕਰਿਆ ਹੋਇਆ। ਇਹਨਾਂ ਨੇ ਫਿਰ ਉਹ ਟਾਈਮ ਮੇਰਾ ਭਾਣਜਾ ਉੱਧਰੋਂ ਖੇਤੋਂ ਆ ਰਿਹਾ ਸੀ ਟਰੈਕਟ ਲੈ ਕੇ, ਉਹ ਟਰੈਕਟ ਲੈ ਕੇ ਆ ਰਿਹਾ ਸੀ, ਕਰਨੈਲ ਸਿੰਘ ਨੇ ਇਹਦੇ ਡਾਂਗ ਮਾਰੀ ਟਰੈਕਟ 'ਤੇ, ਕਹਿੰਦਾ ਡੈੱਕ ਲੱਗਿਆ। ਹਾਲਾਂਕਿ ਡੈੱਕ ਟਰੈਕਟਰ 'ਤੇ ਕੋਈ ਹੈ ਵੀ ਨਹੀਂ ਸੀ, ਉਹ ਪ੍ਰਸ਼ਾਸਨ ਨੂੰ ਵੀ ਕਿਹਾ ਜੀ ਉਹਦੀ ਜਾਂਚ ਕਰੀ ਜਾਵੇ ਜੇ ਡੈੱਕ ਹੈਗਾ ਟਰੈਕਟਰ 'ਤੇ, ਬਰੀਕੀ ਨਾਲ ਕੈਮਰੇ ਦੇਖ ਲਓ ਇਹਨਾਂ ਦੇ ਕੈਮਰਿਆਂ 'ਚ। ਇਹਨਾਂ ਨੇ ਫਿਰ ਇਹਨਾਂ ਕੋਲ ਅਸਲਾ ਵੀ ਸੀ, ਡਾਂਗਾਂ ਕੰਡਾਸੇ ਸੀ, ਫਿਰ ਇਹਨੂੰ ਘੇਰਨ ਦੀ ਕੋਸ਼ਿਸ਼ ਕਰਿਆ। ਉਹ ਮੇਰੇ ਭਾਣਜੇ ਨੇ ਕੀ ਕਰਿਆ, ਇਹਨਾਂ ਦਾ ਪਿਸਟਲ ਵੀ ਖੋਲ੍ਹਿਆ ਅਤੇ ਇਹਨਾਂ ਦੇ ਡਾਂਗ ਡਾਸਾ ਲੈ ਕੇ ਇਹਨਾਂ ਦੇ ਸੱਟਾਂ ਮਾਰੀਆਂ। ਉਹ ਉਹਤੇ ਪਰਚਾ ਹੋ ਗਿਆ 307 'ਚ, ਉਹ ਜੇਲ੍ਹ ਕੱਟ ਗਿਆ ਹੈਗਾ। ਕੋਈ ਰੰਜ ਜੇਲ੍ਹ 'ਚੋਂ ਆਉਣ ਤੋਂ ਬਾਅਦ ਵੀ ਇਹਨਾਂ ਨੇ ਕਈ ਵਾਰ ਘੇਰਿਆ ਪਿੰਡ ਦੇ ਬੰਦੇ ਨੂੰ ਪੁੱਛਿਆ ਜਾ ਕੇ। ਇਹਨਾਂ 'ਤੇ ਜਿਹੜਿਆਂ ਨੇ ਪੂਰੀ ਇਹ ਯੋਜਨਾ ਨਾਲ ਇਹਦਾ ਉਹ ਕਰਿਆ ਹੈਗਾ, ਉਹਨਾਂ 'ਤੇ ਬਣਦੀ ਸਖ਼ਤ ਕਾਰਵਾਈ ਕੀਤੀ ਹੈ। ਠੀਕ ਹੈ।